ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਤਰਨਤਾਰਨ ਤੋਂ, ਜਿੱਥੇ ਹਸਪਤਾਲ 'ਚ ਜੇਰੇ ਇਲਾਜ ਰਾਜੂ ਸ਼ੂਟਰ ਨਾਮਕ ਮੁਜਰਮ ਨੂੰ ਬਦਮਾਸ਼ਾਂ ਵੱਲੋਂ ਪੁਲਿਸ ਹਿਰਾਸਤ ਵਿੱਚੋਂ ਭਜਾ ਲਿਆ ਗਿਆ। ਬਦਮਾਸ਼ ਹਥਿਆਰਾਂ ਨਾਲ ਲੈਸ ਹੋ ਕੇ ਆਏ ਸਨ ਤੇ ਹਸਪਤਾਲ 'ਚ ਡਰ ਦਾ ਮਾਹੌਲ ਬਣਾ ਕੇ ਮੁਜਰਮ ਰਾਜੂ ਸ਼ੂਟਰ ਨੂੰ ਭਜਾ ਕੇ ਲੈ ਗਏ। ਦੱਸ ਦਈਏ ਕਿ ਬੀਤੇ ਸਾਲ ਢੋਟੀਆਂ ਪਿੰਡ 'ਚ ਇਸ ਬਦਮਾਸ਼ ਨੇ ਸਾਥੀਆਂ ਸਮੇਤ ਬੈਂਕ ਲੁੱਟਣ ਦੀ ਕੋਸ਼ਿਸ਼ ਕੀਤੀ ਸੀ ਤੇ ਪੁਲਿਸ ਕਰਮਚਾਰੀ ਤੇ ਗੋਲੀ ਵੀ ਚਲਾਈ ਗਈ ਸੀ। ਗੈਂਗਸਟਰ ਚਰਨਜੀਤ ਸਿੰਘ ਉਰਫ ਰਾਜੂ ਸ਼ੂਟਰ ਖਿਲਾਫ ਦਰਜਨ ਦੇ ਕਰੀਬ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਨੇ ਰਾਜੂ ਸ਼ੂਟਰ ਨੂੰ ਪੁਲਿਸ ਮੁਕਾਬਲੇ ਦੌਰਾਨ ਜ਼ਖਮੀ ਹਾਲਤ 'ਚ ਗ੍ਰਿਫਤਾਰ ਕੀਤਾ ਸੀ। ਰਾਜੂ ਸ਼ੂਟਰ ਦੀ ਲੱਤ 'ਚ ਗੋਲੀ ਵੱਜੀ ਸੀ ਤੇ ਉਹ ਹਸਪਤਾਲ 'ਚ ਜੇਰੇ ਇਲਾਜ ਚੱਲ ਰਿਹਾ ਸੀ। ਫਿਲਹਾਲ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚ ਚੁੱਕਾ ਹੈ ਤੇ ਬਾਰੀਕੀ ਦੇ ਨਾਲ ਜਾਂਚ ਕਰ ਰਿਹਾ। ਦੂਜੇ ਪਾਸੇ ਹਸਪਤਾਲ 'ਚ ਹਫੜਾ ਤਪੜੀ ਮੱਚ ਗਈ, ਜਿਸ ਨਾਲ ਹਸਪਤਾਲ ਸਟਾਫ ਤੇ ਮਰੀਜ਼ਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ। ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਗੈਂਗਸਟਰ ਰਾਜੂ ਸ਼ੂਟਰ ਖਿਲਾਫ ਦਰਜਨ ਦੇ ਕਰੀਬ ਮਾਮਲੇ ਦਰਜ ਹਨ ਤੇ ਉਹ ਬੈਂਕ ਲੁੱਟਣ ਦੀ ਕੋਸ਼ਿਸ਼ ਦੌਰਾਨ ਪੁਲਿਸ ਮੁਕਾਬਲੇ 'ਚ ਜ਼ਖਮੀ ਹੋਇਆ ਸੀ ਤੇ ਹਸਪਤਾਲ 'ਚ ਉਸਦਾ ਇਲਾਜ ਚੱਲ ਰਿਹਾ ਸੀ। ਫਿਲਹਾਲ ਪੁਲਿਸ ਹੁਣ ਜਾਂਚ ਕਰ ਰਹੀ ਹੈ ਤੇ ਮਾਮਲਾ ਦਰਜ ਕਰਕੇ ਆਰੋਪੀਆਂ ਦੀ ਭਾਲ ਵਿੱਚ ਜੁਟ ਗਈ ਹੈ। ਬੰਦੇ ਦਾ ਨਾਮ ਸੀਗਾ ਜੀ ਚਰਨਜੀਤ ਸਿੰਘ। ਇਹ ਕੇਂਦਰੀ ਜੇਲ੍ਹ ਫਿਰੋਜ਼ਪੁਰ ਗੋਬਿੰਦਵਾਲ ਸਾਹਿਬ ਤੋਂ ਪ੍ਰੋਬਲਮ ਕਰਕੇ ਉਹਨਾਂ ਨੇ ਐਡਮਿਟ ਕਰਾਇਆ ਸੀਗਾ। ਜੇਲ੍ਹ ਦੀ ਬਕਾਇਦਾ ਗਾਰਡ ਲੱਗੀ ਹੋਈ ਸੀਗੀ। ਲੋਕਲ ਪੁਲਿਸ ਨੂੰ ਕੋਈ ਇੰਟੀਮੇਸ਼ਨ ਨਹੀਂ ਦਿੱਤਾ ਗਿਆ ਸੀਗਾ ਉਹਦੇ ਬਾਰੇ। ਰਾਤੀ ਇੰਟੀਮੇਸ਼ਨ ਦਿੱਤਾ ਗਿਆ ਕਿ ਇਹਨੂੰ ਕੁਛ ਬੰਦੇ ਆਏ ਨੇ, ਇੱਕ ਗੁਲਾਬ ਸਿੰਘ ਨਾਂ ਦਾ ਸੀਗਾ, ਦੋ ਅਣਪਛਾਤੇ ਬੰਦੇ ਨੇ, ਉਹ ਇਹਨੂੰ ਮੋਟਰਸਾਈਕਲ 'ਤੇ ਲੈ ਕੇ ਫਰਾਰ ਹੋ ਗਏ ਰਾਤ। ਰਾਤ ਦੀ ਪੁਲਿਸ ਪਾਰਟੀਆਂ ਸਾਡੀਆਂ ਅਲੱਗ ਅਲੱਗ DSP ਸਵਾਨ ਵੀ ਸਾਰੇ ਲੱਗੇ ਹੋਏ ਨੇ ਜੀ। SSP ਸਾਹਿਬ ਨੇ ਮੌਕਾ ਦੇਖਿਆ ਹੋਇਆ ਤੇ ਕਰ ਰਹੇ ਹਾਂ ਜੀ। ਥੋੜ੍ਹੀ ਦੇਰ 'ਚ ਕੋਈ ਨਾ ਕੋਈ ਵਧੀਆ ਅਪਡੇਟ ਦੇ ਦਿੰਦੇ। ਇਸ ਸੁਰੱਖਿਆ ਦੇ ਵਿੱਚ 3 ਮੁਲਾਜ਼ਮਾਂ ਦੀ ਗਾਰਡ ਲੱਗੀ ਹੋਈ ਸੀ। ਨਹੀਂ, 2 ਮੁਲਾਜ਼ਮ ਮੌਕੇ 'ਤੇ ਹਾਜ਼ਰ ਸੀ ਜੀ, ਇਹਨਾਂ 'ਤੇ ਇੱਕ ਨਹੀਂ ਸੀ ਉਹ ਸਰ। ਇਸ ਬੰਦੇ 'ਤੇ ਕਾਫੀ ਹੀ ਨਹੀਂ ਕ੍ਰਾਈਮ ਦੇ ਮੁਕੱਦਮੇ ਦਰਜ ਨੇ। ਮਾੜਾ ਬੰਦਾ ਹੈ ਜੀ, ਨੋਟੋਰੀਅਸ ਬੰਦਾ ਆ, ਜਲਦੀ ਅਰੈਸਟ ਕਰ ਲਾਂਗੇ। ਨਹੀਂ, ਅਲੱਗ ਬੰਦਾ ਸੀ ਨਾ ਜੀ, ਅਲੱਗ ਕਮਰੇ ਸੀਗਾ, ਇਹਦੇ ਨਾਲ ਹੋਰ ਕੋਈ ਬੰਦੇ ਨਹੀਂ ਸੀਗੇ ਲੱਗੇ ਹੋਏ। ਨਹੀਂ, 2 ਬੰਦੇ ਤਾਂ ਆਏ ਨੇ ਜੀ, ਲੈਣ ਆਏ ਨੇ। ਇੱਕ ਉੱਥੇ ਇਹਨਾਂ ਦਾ ਸੀਗਾ ਜਿਹੜਾ ਗਾਰਡ ਵਾਲਾ ਮੁਲਾਜ਼ਮ ਸੀ, ਇੱਕ ਥੱਲੇ ਜਿਹੜਾ ਸਿਵਲ ਦੇ ਵਿੱਚ ਗਾਰਡ ਵਾਲਾ ਸੀਗਾ ਉਹ ਸੀ। ਕੇਸ ਰਜਿਸਟਰ ਕਰ ਰਹੇ ਹਾਂ ਜੀ ਅੰਗੇਸਟ ਉਹਨਾਂ ਬੰਦਿਆਂ ਦੇ, ਤੇ ਫਰਦਰ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਉਹਨਾਂ ਦੇ ਵਰਖਲਾਫ ਜੇਲ ਅਥਾਰਟੀ ਦੀ ਹੈ ਜੀ ਕੀ ਲਿਖ ਕੇ ਦਿੰਦੇ ਨੇ, ਕਿਉਂਕਿ ਉਹ ਜੇਲ੍ਹ ਦੀ ਅਥਾਰਟੀ ਦੇ ਅੰਡਰ ਆਉਂਦਾ ਨੇ ਮੁਲਾਜ਼ਮ। ਉਹ ਜੋ ਲਿਖ ਕੇ ਦੇਣਗੇ ਉਹਦੇ ਮੁਤਾਬਕ ਕਾਨੂੰਨ ਅਨੁਸਾਰ ਕਾਰਵਾਈ ਕਰ। ਨਹੀਂ ਜੀ, ਬਿਲਕੁਲ ਇਹ ਤਾਂ ਸੀਨੀਅਰ ਅਫਸਰਾਂ ਦੇ ਲੈਵਲ ਦੀ ਗੱਲ ਆ ਜੀ, ਉਹਨਾਂ ਨੇ ਸਾਨੂੰ ਇਹਦੇ ਬਾਰੇ ਕੋਈ ਇੰਟੀਮੇਸ਼ਨ ਨਹੀਂ ਦਿੱਤਾ ਗਿਆ ਸੀਗਾ। ਕੋਈ ਵੀ ਮੰਨ ਲਓ ਇੱਥੇ ਬੰਦਾ ਦੌਰਾਨੇ ਇਲਾਜ ਆਉਂਦਾ ਆ ਜੀ, ਉਸ ਬਾਰੇ ਮਾਣਯੋਗ SSP ਸਾਹਿਬ ਨੂੰ, ਲੋਕਲ ਸੰਬੰਧਿਤ ਥਾਣੇ ਨੂੰ ਜ਼ਰੂਰ ਇੰਟੀਮੇਸ਼ਨ ਦਿੱਤਾ ਜਾਂਦਾ ਆ ਵੀ ਇਹ ਬੰਦਾ ਅੱਜ ਇਸ ਹੋਸਪਿਟਲ ਦੇ ਵਿੱਚ ਐਡਮਿਟ ਹੈ, ਇਹਦਾ ਟ੍ਰੀਟਮੈਂਟ ਚੱਲ ਰਿਹਾ। ਇਹਦੇ ਨਾਲ ਐਕਸਟਰਾ ਉਹਨਾਂ ਦੇ ਨਾਲ ਸਾਡੀ ਗਾਰਡ ਲੱਗਦੀ ਆ ਅੱਗੇ ਹਮੇਸ਼ਾ ਹੀ, ਪਰ ਐਕਟਿਵ ਕੋਈ ਸਾਨੂੰ ਇੰਟੀਮੇਸ਼ਨ ਨਹੀਂ ਆਇਆ ਸੀ। ਕੁੱਲ ਮਿਲਾ ਕੇ ਪ੍ਰੋਟੋਕੋਲ ਦੀ ਮਤਲਬ ਇਹ ਤਾਂ ਉਹ ਦੱਸ ਸਕਦੇ ਨਾ ਜੀ ਵੀ ਉਹਨਾਂ ਨੇ ਕਿਉਂ ਨਹੀਂ ਕੀਤਾ। CCTV ਫੁਟੇਜ ਕੋਈ ਦੇਖ ਰਹੇ ਹਾਂ ਜੀ, ਬਸ ਲੱਗੇ ਹਾਂ ਜੀ, ਹੁਣ ਰਾਤੀ ਡਾਕਟਰ ਸਾਹਿਬ ਹੈ ਨਹੀਂ ਸੀ, ਹੁਣ ਦੇਖਦੇ ਹਾਂ।